ਕਹਿੰਦਾ ਫਿਰ ਹੁਣ ਕਿਵੇਂ ਕਰੀਏ? ਕਹਿੰਦਾ ਪੱਥਰ ਲਿਆਓ ਚੱਕ ਕੇ, ਡੇਡੇ ਤਾਂ ਜੋਧੇ ਹੋ ਤੁਸੀਂ, ਹੁਣ ਹੈਗੇ ਤੁਸੀਂ ਜੋਧੇ ਡੇਡੇ, ਪੱਥਰ ਚੱਕ ਚੱਕ ਉਹਦੇ ਵਿੱਚ ਧਰਤੇ ਤੁਰੇ ਗਏ ਪੁਲ ਬਣਾਉਂਦੇ, ਐਂ ਵਿੱਚ ਦੀ ਛੱਡ ਦਿਆ ਕਰਨ ਥਾਂ, ਫਿਰ ਧਰ ਲਿਆ ਕਰਨ ਵੀ ਲੰਘ ਜਾਂਗੇ। ਹੁਣ ਉੱਥੇ ਚਿੜੀ ਕਾਟੋ ਲੱਗੀ ਤੀ ਸੇਵਾ 'ਤੇ ਵੀ ਕਿਤੇ ਰਾਮ ਚੰਦਰ ਦਾ ਪੈਰ ਨਾ ਤਿਲਕ ਜੇ। ਕਾਟੋ ਨਾ ਡੱਕਾ ਡੋਲਾ ਛੱਡ ਦਿਆ ਕਰੇ ਮੂਹਰੇ, ਚਿੜੀ ਆ ਕਰੇ ਵੀ ਚੱਕ ਕੇ ਭੱਜ ਲਿਆ ਕਰੇ। ਫਿਰ ਰਾਮ ਚੰਦਰ ਨੇ ਫੜ ਕੇ ਚਿੜੀ ਦੀਆਂ ਲੱਤਾਂ ਘੁੱਟਦੀਆਂ, ਕਹਿੰਦਾ ਟਬੂਸੀ ਮਾਰਦੀ ਰਹੇਗੀ, ਚਿੜੀ ਕਿਹਦੇ ਵਾਸਤੇ ਕਰਮ ਨਹੀਂ ਭਰਦੀ, ਜਿਹੜੀ ਮਰਜ਼ੀ ਚਿੜੀ ਦੇਖ ਲਈ ਐਂ ਟਬੂਸੀ 'ਚ ਮਾਰ ਕੇ ਤੁਰਦੀ ਹੁੰਦੀ ਹੈ। ਕਾਟੋ ਤੇ ਨੇ ਫਿਰ ਉਂਗਲਾਂ ਫੇਰਤੀਆਂ ਸੀ, ਕਾਟੋ ਦੇ ਹਜੇ ਨਸਾ ਨਹੀਂ ਉਹ। ਉਹਨੇ ਪੈਦਲ ਬਾਗੇ ਗਾਹਾਂ ਲੰਘੇ ਰੌਣਕਿਨੀ ਨੂੰ, ਕਹਿੰਦੇ ਵੀ ਹੁਣ ਐਂ ਦੱਸੋ ਵੀ ਪਤਾ ਕਿੱਥੇ ਲੱਗੂ ਵੀ ਸੀ ਤਾਂ ਹੈ ਕਿੱਥੇ। ਉਹ ਕਹਿੰਦਾ ਵੀ ਗੱਲ ਸੁਣ ਰਾਮ ਚੰਦਰ, ਕਹਿੰਦਾ ਵੀ ਦੱਸ ਵੀ ਕਿੱਥੇ ਹੋ? ਕਹਿੰਦਾ ਮਾਮਾ ਮੈਨੂੰ ਪਤਾ ਕਿੱਥੋਂ ਪਤਾ ਲੱਗੂ? ਕਹਿੰਦਾ ਦੱਸ। ਕਹਿੰਦਾ ਜਾਂ ਤਾਂ ਪਤਾ ਲੱਗੂ ਭੱਠੀ ਤੋਂ, ਜਾਂ ਪਤਾ ਲੱਗੂ ਖੂਹ ਤੋਂ। ਕਹਿੰਦਾ ਕਿਉਂ? ਕਹਿੰਦਾ ਬੁੜੀਆਂ ਗੱਲ ਕਰਦੇ ਹੁੰਦੇ ਨੇ, ਬੰਦਾ ਨਹੀਂ ਕਰਦਾ ਹੁੰਦੇ ਗੱਲ, ਬੁੜੀਆਂ ਗੱਲ ਕਰਦੇ ਹੁੰਦੇ ਨੇ। ਕਹਿੰਦਾ ਬੁੜੀਆਂ ਕੋਈ ਨਾ ਕੋਈ ਗੱਲ ਲਾਜ਼ਮੀ ਛੇੜੂ, ਮੈਨੂੰ ਜਾਣ ਦਿਓ। ਕਹਿੰਦਾ ਤੂੰ ਕੋਈ ਸਿੰਗੜੀ ਛੇੜਿਆ ਮੈਂ? ਕਹਿੰਦਾ ਕੁਛ ਨਹੀਂ ਛੇੜਦਾ। ਨਹੀਂ ਮੁੜ ਕਿਉਂ? ਕਹਿੰਦਾ ਚੰਗਾ, ਜੱਗ ਛੋਟਾ ਜਿਹਾ ਬਣ ਕੇ ਭੱਠੀ ਨਾ ਬਹਿ ਗਿਆ। ਬੁੜੀਆਂ ਆਈਆਂ ਦਾਣੇ ਭਣਾਉਣ ਖਾਸੀਆਂ ਇਕੱਠੀਆਂ ਹੋਈਆਂ। ਕਹਿੰਦੀ ਬੁੜੇ ਆਪਣਾ ਰਾਉਣ ਸੀਤਾਂ 'ਚ ਰੱਖ ਕੇ ਲਿਆਇਆ। ਗੱਲਾਂ ਚੱਲ ਪਈਆਂ ਉੱਧਰ ਉੱਧਰੀ। ਉਹ ਕਹਿੰਦੀ ਕੁੜੇ ਕਿੱਥੋਂ? ਕਹਿੰਦੀ ਹੋਰ ਆ ਉੱਥੇ ਫਲਾਨੇ ਥਾਵਾਂ 'ਚ ਰੱਖ ਕੇ ਲਿਆਇਆ। ਕਹਿੰਦੀ ਬਾਗ 'ਚ ਕੈਦ ਕਰੀ ਹੋਈ ਹੈ। ਕਹਿੰਦੀ ਕੁੜੇ ਮੈਂ ਤਾਂ ਰੌਣ ਦਾ ਬਾਗ ਨਹੀਂ ਦੇਖਿਆ ਕਿਤੇ। ਕਹਿੰਦੀ ਆਹ ਤਾਂ ਸਿੱਧੀ ਸੜਕ ਉਹਦੇ ਬਾਗ 'ਚ ਜਾਂਦੀ, ਹੁਣ ਤਾਂ ਉਹਦੀ ਮਾਰੀ ਸਾਲ, ਚੱਲ ਪਿਆ ਉੱਧਰ ਨੂੰ। ਮੈਂ ਸੋਚਿਆ ਵੀ ਪਹਿਲਾਂ ਦੇਖ ਲਈਏ ਕਿੱਥੇ ਹੈ, ਦੇਖ ਦੂਖ ਕੇ ਮੁੜਿਆ ਆ ਵੀ ਹਾਂ ਵੀ ਆਹ ਲੜਕਾ ਇੱਥੇ ਪੀਂਘਾ ਇਹਦਾ। ਅਤੇ ਆ ਗਿਆ, ਕਹਿੰਦਾ ਮਾਮਾ ਤੇ ਆ ਗਈ ਸੀ ਤਾਂ ਮਾਮੀ ਤਾਂ ਫਿਰ। ਕਹਿੰਦਾ ਕਿੱਥੇ ਹੈ? ਕਹਿੰਦਾ ਰਾਮ ਬਾਗ 'ਚ ਆਇਆ। ਕਹਿੰਦਾ ਉੱਥੇ ਮੰਨ ਕੇ ਚੱਲ, ਉਹ ਕਰੀ ਹੋਈ ਉਹਦੀ ਪੀਂਘਾ ਝੂਟਦੀ ਹੈ। ਕਹਿੰਦਾ ਬੜਾ ਨਿਸ਼ਾਨੀਆਂ ਲੈ ਜਾ ਮੇਰੀਆਂ। ਰਾਮ ਚੰਦਰ ਨੇ ਆਪਦੀ ਮੁੰਦਰੀ ਦੇ ਦਿੱਤੀ, ਕਰਮਾਲ ਦਿੱਤੀ। ਕਹਿੰਦਾ ਸੀਤਾਂ ਤੱਕ ਪਹੁੰਚਾ, ਉਹਨੂੰ ਪਤਾ ਲੱਗ ਜੂ ਮੈਨੂੰ ਲੈਣ ਵਾਲੇ ਆ ਗਏ। ਉਹਦਾ ਪੈਦਲ ਵੱਗ ਗਿਆ, ਹੁਣ ਕਿ ਪਹਿਰੇਦਾਰ ਥੱਲੇ ਖੜ੍ਹੇ, ਡਾਣੀ ਡਾਣੀ ਤਾਂ ਹੀ ਲੰਘ ਗਿਆ ਦਸ ਤਰ੍ਹਾਂ ਉਹਦੀ। ਜਾ ਕੇ ਬੋਚ ਕੇ ਉਹਦੀ ਰੁਮਾਲ ਵਿੱਚ ਛਿੜਤੀ, ਉਹਦੀ ਜਿਹੜੇ ਪੀਂਘਾ ਝੂਟ ਦਿੱਤੇ, ਲਵੇ ਪੜਦਾ ਲੱਗਿਆ ਹਾਥੀ। ਉਹਨੇ ਦੇਖ ਕੇ ਸਾਂਪ, ਕਹਿੰਦੀ ਵੀ ਹੁਣ ਤਾਂ ਜਾਨਵਰ ਪੈਂਦੇ ਹੋਣਗੇ, ਕੁੱਟਿਆ ਨੂੰ ਇੱਡੀ ਦੂਰ ਆਉਣ ਵਾਲਾ ਕਿਹੜਾ ਹੁਣ ਮੈਨੂੰ ਲਿਆਉਣ ਵਾਲਾ ਜਾਣ ਵਾਲਾ। ਥੋੜ੍ਹੇ ਚਿਰ ਪਿੱਛੇ ਰੁਮਾਲ ਛਿੜਤੀ, ਉਹਨੇ ਆਖਿਆ ਵੀ ਕੀ ਚੀਜ਼ ਹੋਈ? ਕਹਿੰਦਾ ਮਾਮੀ ਤਾਹਾਂ ਝਾਕ ਆ। ਉਹਨੇ ਦੱਸ ਕੇ ਕਹਿੰਦੀ ਥੱਲੇ ਪਹਿਰੇ ਤਾਂ ਤੂੰ ਮੈਨੂੰ ਮਾਮੀ ਕਿਵੇਂ ਕਹਿੰਦੇ? ਕਹਿੰਦੀ ਇਹਨਾਂ ਤਾਂ ਭਾਈ ਭੈਣ ਹੈ ਨਹੀਂ ਕੋਈ। ਕਹਿੰਦਾ ਮਾਮੀ ਭੈਣ ਤਾਂ ਰਾਹ 'ਚ ਬਣੀ ਹੋਈ ਆ, ਤੂੰ ਮੈਨੂੰ ਐਂ ਦੱਸ ਵੀ ਮੈਨੂੰ ਭੁੱਖ ਲੱਗੀ ਆ ਕੁਛ ਖਾ ਲਾਂ। ਕਹਿੰਦੀ ਭਾਈ ਖਾ ਲੈ, ਉਹਨੂੰ ਕੀ ਪਤਾ ਦੀਵੇਂ ਕੀ ਖਾਊਗਾ? ਊਂ ਕਿ ਜਿਹੜਾ ਬੂਟਾ ਫਲ ਖਾ ਲਿਆ ਕਰੇ, ਉਸ ਨੂੰ ਬੂਟੇ ਨੂੰ ਪੱਟ ਕੇ ਜਿਹੜਾ ਤਾਹਾਂ ਕਰਦਾ ਕਰੇ। ਰੌਲਾ ਪੈ ਗਿਆ, ਰਾਮ ਚੰਦਰ ਨੇ ਆਖਿਆ ਵੀ ਛੇੜਤੀ ਇਹਨਾਂ ਦੀ ਸਿੰਗੜੀ। ਰੌਲਾ ਪੈ ਗਿਆ, ਫੜ ਲਓ ਫੜ ਲਓ ਫੜ ਲਓ। ਇਹ ਹਨੂੰਮਾਨ ਦੇ ਉਹਨਾਂ ਨੇ ਇਹ ਸਾਰੇ ਸੰਦ ਬੰਨਦਾ ਸੀ, ਜਿੰਨੇ ਦੁਨੀਆਂ ਦੇ ਉੱਤੇ ਆਪਣੇ ਸੰਦ ਬਣੇ ਨੇ, ਡੰਡੇ ਤੋਂ ਲੈ ਕੇ, ਡੱਕੇ ਤੋਂ ਲੈ ਕੇ, ਮੰਜ ਦੀ ਤੀਰ ਤੋਂ ਲੈ ਕੇ, ਸਾਰੇ ਸੰਦ ਬੰਨ ਹੁੰਦਾ ਸੀ। ਐਡਾ ਵਧਿਆ ਸੀ, ਹੁਣ ਕਹਿੰਦੇ ਸਾਰੇ ਸੰਦ ਬੰਨਤੇ। ਇਹਨੇ ਆਖਿਆ ਵੀ ਹੁਣ ਮੈਨੂੰ ਫੜ ਕੇ ਕਰਨਗੇ, ਮਾਰ ਤਾਂ ਸਕਦੀ ਨਹੀਂ, ਨਾ ਕੋਈ ਸੰਦ ਮਾਰੇ ਮੈਨੂੰ। ਇੱਕ ਦਾਤੀ ਰਹਿ ਗਈ ਬੰਨਣ ਕਿੰਨੀ, ਉਹ ਅੰਦਰ ਬੋਰ ਗਈ ਤੀ, ਦਾਤੀ ਵੱਢਣ ਕਿੰਨੀ ਰਹਿ ਗਈ। ਇਹਨੇ ਆਖਿਆ ਉੱਧਰੋਂ ਮੈਂ ਕੱਖ ਖੋਦਦਾ ਖੋਦਦਾ ਬੋਲਦੀ ਰਹਿ ਗਿਆ ਉਹ, ਸਿਕੰਦਰ ਬੋਰ ਗਿਆ ਤੀ ਉਹ ਜਿੱਥੇ ਦਾਤੀ ਬੰਨੀ ਤੀ। ਉਹ ਜਦੋਂ ਇਹ ਭਈ ਪਿਆਸ ਕਪੱਟੇ ਦੇ, ਉਹ ਤਾਂ ਬਣ ਕੇ ਪੱਥਰ ਪੈ ਗਿਆ, ਉਹ ਸਭ ਬਹੁਤ ਕੁਛ ਮਾਰੀ ਜਾਣ, ਬੱਜੇ ਹੈ ਨਾ ਕੁਛ, ਕਿਉਂ ਜਦੋਂ ਬੰਨੇ ਹੋਣੇ ਸੰਦਾ। ਉਹਦਾ ਬੋਰੀਆ ਕਹਿੰਦਾ ਮੈਨੂੰ ਦੱਸੋ ਕੀ ਆ? ਕਹਿੰਦਾ ਐਂ ਕਰਕੇ ਆਇਆ ਯਾਰ। ਕਹਿੰਦਾ ਲੈ ਮੇਰੀ ਦਾਤੀ ਸਭੋਣਿਆ ਦੇ। ਇਹਨੇ ਆਖਿਆ ਵੀ ਕਰੂ ਕਮਰਾ ਸਾਲਾ, ਵੀ ਦਾਤੀ ਤਾਂ ਖੂਬ ਮੇਰੇ ਤੋਂ ਬੰਨੀ ਨਹੀਂ। ਖੜ੍ਹਾ ਹੋ ਕੇ ਕਹਿੰਦਾ ਵੀ ਮੈਂ ਆਪਦੀ ਮੌਤ ਆਪ ਦੱਸਦਾ, ਤੁਸੀਂ ਨਹੀਂ ਮੈਨੂੰ ਮਾਰ ਸਕਦੇ। ਕਹਿੰਦਾ ਹਾਂ ਤੂੰ ਦੱਸ ਦੇ। ਕਹਿੰਦਾ ਵੀ ਮੇਰੀ ਮੌਤ ਹੋਊਗੀ ਰੂੰ ਲਿਓ ਪਿੰਡ ਦੀ ਇਕੱਠੀ ਕਰ, ਹੁਣ ਕੋਈ ਪੰਡਾਂ ਬੰਨ ਲਏ ਰੂੰ ਦੀਆਂ। ਕਹਿੰਦਾ ਲੈ ਮੈਂ ਪੂਸ ਵਧਾਈ ਚੱਲੂੰ, ਤੁਸੀਂ ਲਪੇਟੀ ਚੱਲਿਓ, ਘੇਰ ਕੇ ਰੱਖ ਲਿਓ ਮੈਨੂੰ, ਮੈਂ ਜਿਉਂਦਾ ਮੱਚੂ ਨਹੀਂ ਮੈਂ ਮਰਦਾ ਕਿਸੇ ਤੋਂ। ਕਹਿੰਦਾ ਚੰਗਾ, ਉਹਨੇ ਪੂਸ ਦਿਖਾਈ ਗਿਆ, ਉਹ ਲਪੇਟੀ ਗਏ। ਹੁਣ ਜਦੋਂ ਕਹਿੰਦਾ ਵੀ ਮੱਛ ਮੁੱਕ ਗਈ ਰੂੰ ਤਾਂ ਉਹਨੇ ਹੋਰ ਵਧਾ ਲਈ। ਕਹਿੰਦਾ ਰਾਵੀ ਇੱਕ ਜਣਾ ਲਾ ਦਿਓ ਅੱਗ ਤਾਂ ਦੂਜੇ ਹੋ ਜਾਓ ਮੇਰੇ ਮੂਹਰੇ। ਹੁਣ ਕਿ ਜਦੋਂ ਅੱਗ ਲਾਤੀ ਭਾਈ, ਉਹ ਲਵੇ ਲਾਉਣੇ ਖੜ੍ਹੇ ਤੇ ਐਂ ਘੇਰੀ, ਉਹਨੇ ਪੂਸ ਘੁਮਾਤੀ ਸਰਕ ਨਹੀਂ। ਜਦੋਂ ਬੂਥੜ ਮੱਚ ਕੇ ਸਾਰੇ ਪਰਾਂ ਹੋ ਗਿਆ ਰਾਹ ਸੜਤਾ, ਉਦੋਂ ਫਿਰ ਇਹਨੇ ਲਾਕਾ ਦਾ ਉਦੋਂ ਕਰੀ ਹੈ, ਕਿਉਂਕਿ ਲਾਂਕਾ ਤਾਂ ਕਰੀ ਉਦੋਂ ਫਿਰ ਇਹਨੇ ਉਹਨੇ ਹਨੂੰਮਾਨ ਨੇ।
आ गया। कहना क्यों? कहना मैं तेरे को करना दी कराया, छोटा कम रह गया, हूँ तुम कर लो। कहना क्यों? कहना सीता ना पता कराया जिड़ी, कहना हंकार सी वह तोड़िया मैं। हूँ जंग चलिया कर रोज, जंग का समा हों जो ने रामचंद्र ने जंग मंग ली ना भी रौन सीता लैन आया मैं, जंग लड़ मेरे ना। वो तो जंग जिदे ना जंग लग गया उसे नहीं जंग लगता, दूजे ना नहीं लगता। यदा राम जंग लग्या सीगा रामचंद्र का, तो रावण का लग्या थी, लक्ष्मण का, तो मेघनाथ का लग्या थी। राम का रामचंद्र रावण का मुंडा थी मेघनाथ, वो जंग लग्या थी। मेघनाथ को बरसी थी, वह पता बरसी की जी, पूरे परमात्मा की बरसी बनाई हुई थी जी मेघनाथ को, जो हथ च होंगी तो कुछ चीज़ लेवी नहीं लगती। हूँ घर का भेती लांका ढाही, सुन ला गल हूँ मन के चल। रामचंद्र ने आखिया भी यार मरू किमें, रावण उन्होंने मार देंदे दी, फिर खड़ा हो जाता थी भी मरू किमें। फिर जी रामचंद्र रावण की भरजाई थी, यदा भरा थी रावण का बड़ा, वो कहती गल सुन मेरी, आप एडे अमीर नहीं है, ये रावण आ जा ये कोई बड़ा बड़ा सरदार नहीं देगा, ये तो छोटी बैदरी दे, बड़ी छोटी बैदरी ये भी। वो कहती कि भी आप एडे सरदार हैं, कहती जे रावण अज रह गया ना जंग च मरिया, कहती आप सारी उम्र गोले पाते रहेंगे। तो कहना फिर हूँ, कहती तू जा रामचंद्र को, तू जाके रामचंद्र ये गल कह भी जिमें जिमें की जान उमें उमें दस। वो कहता फिर मैं तो दसता फिर मार देंगे, कहती जे मरेगा फिर ही तेरा तेन कुछ मिलू, नहीं तेन की नहीं बैठने भाई। यही जो उन्हें उंगल लाई घर का भेती लांका ढाहे, आके तो उन्हें रामचंद्र कहता भी गल सुन मेरी, ए नहीं है मरता जिमें तू मरद। कहना हाँ, कहना मेरा नौ नाली उतों बनी है चुगली, जी आप कहते हैं चुगली उतों बनी है। कहना मेरा नौ नाली, कहना नहीं नौ तो मैं तेरा लेंदा नहीं, गल दस। कहना एक खूह है बाग दे विच, खूह दे विच गधा है तारिया होया, गधे दे मूँह च पिंजरे, पिंजरे च तोता, तोते चाहिए जान, जिन्ना चिर तोता नहीं मरता कहते जोर ला लो मार कर। हूँ क्यों नहीं इन्नी गल सुनी, बाग है उत्थे रामचंद्र बाग च जाके उन्हें खूह पाल लिया, बाका सी बाते का खूह बिच गधा खड़ा हो जा उतरिया। गधे ने आखे कहना यार मैं तो तेरे को एडी तेन मिलना आया, तेरे कोई आता नहीं करता नहीं भी तू एक बार मैं हस के दिखा दे। वो गधा जो हसदा तो मूँह चो पिंजरा डिग दे। कहना भी वो ऐसे सिर मार दिया करी। वो कहता हूँ तो यार सपा बापू, उदो कहा फिर गधे नू बापू, रामचंद्र ने कहा फिर गधे नू बापू, जो ने बापू कहता हस पिया वो मूँह चो पिंजरा डिग पाने चक्के तोता मारता, फिर आके रोना समझा तीने, रोना ही नहीं देगा। जिम्मे हूँ कह देने अग ला दे रोन दिया लकड़ा घरे ले जाओ, रोना चार विद्या का भेती थी, चार युगों का भेती थी, बारह किलां संपूर्ण थी, बहुत छोटी ब्यादरी थी, रमदास सिंह की ब्यादरी का थी रावण, जो रावण थी यह ब्यादरी थी रमदास सिंह ना संबंध थी, राजा तो इन्हें भगती वाली बड़ी करी थी तां राज मिला थी इनू, राज तो कोई भी कर सकता है, ये अं तो नहीं भी कोई कला बड़ा कोई जा जिमीदारी करूँ जो कोई बड़ा राजा महाराज जी करूँ, राज तो छोटी जाति ने बहुत करी ने, ये एड्डी छोटी जाति थी, जे छोटी जाति थी फिर ही मरवाया ना उन्हें, फिर ही कहा ना अपने भाई नू लाई उंगला भजाई ने भी तू इन दस मारन की विधि किमें, इनू भी तेनू पता, उन्होंने कल पता थी होर पता नहीं थी, क्यों वह गधा तार के आती खूह चोरी ड्यूटी लाई थी भी, तो गधा खूह चारना अपने बस, उन्होंने पता थी भी तोते चे जान है, उन्हें मरवाया थी फिर ही हूँ कट दे ए मरिया।